जिमीदार सीगा, जिमीदार भरा सी वधिया, कारोबार ती चंगा उहदा। उहने कोई मिहनती रख लिया, मिहनती रखिया जदों उदों पे कम धंधा करना ही ती, अगले ने तो मिहनती रखिया ती कम धंधा कराया करना, ते उहनू रोटी जिहनी कि मतलब जिथे दो दिनियां दी इक दिया करना। घर दे विच दरियात होण लग गई, जो कोई दरियात होंगी हो घर चा तो वह कहना भाई जिमीदार कहना लै भरावा मैं हूँ जाना, कहना भी कितने, कहना मैं आपके घर ही जाऊँगा, कहना भी की गल कादी तकलीफ है, कहना भी तकलीफ मैनू कोई नहीं, मैनू ओह दी है, कहना भी मैं आपके घर मिलने जाना है। वह कहना जी सद के जा भाई, वग गया बेचारा। वो घर वाली कहती भी की गल इन्ने समय पिछों मुड़िया कित्थे थी तू, कहिंदा भी मैनू तो पुछना मैं जिथे मर्जी होवां मैनू ऐ दस भी बाल बच्चा किवें है। कहिंदी बाल बच्चा रोटी टुक खांदा वधिया ते आपदा कम करदे ने, आपदा ढिड भर लैंदे ने। कहिंदा कम ना भी ढिड भरदा है? कहिंदी हाँ। कहिंदा फिर मेरा तो भरिया नहीं? वह कहिंदी क्यों? कहिंदा मैं तो इन्ने साल कम करिया आ, मेरा ढिड नहीं भरिया। वो कहिंदी फिर उत्थे की कारण गया ती घरे नहीं करिया गया? वो कहिंदा भी अज तो बाद मैं घरे रहा करूँ। वो भाई बेचारा घरे रहा करे, आपदे काम धंधा करया करे, हुण रोटी घरे देनी है, रोटी उहनू मिलण लग गई, ढिड भरन लग गया। वो बोलदा एक दिन पिया पिया, कहिंदा भाग माने? कहिंदी हाँ। कहिंदा मैं फलाने समय इन्ना चिर रहा आ, कहिंदा मेरा ढिड नहीं भरिया, इत्थे भरता घरे आपदे। वो कहिंदी गल सुन मेरी, जे बगाना आपदा बन जाए तां कहिंदी फिर लोड़ ही नहीं कासे दी, पर बगाना नहीं आपदा बनता हुंदा, आपदा आपदी बनू। कहिंदा अच्छा? कहिंदी हाँ। उहने भाई वो कहिंदा भी ले अज तो बाद मैं किसे दे नहीं जांदा, भी मैं आपदा घरे कम करूँगा। कहिंदी वाह घरे रही? कहिंदा चंगा। वो सियाणे कहिंदे ने जदों डौं उठ खड़े ना बंदे नूं वो रुकदा नहीं, ते कहा जी बंदा उहदे किते भाई डौं उठ खड़िया, जे मैं किसी रिश्तेदारी जा के आवां। उहने सोचा पया नहीं भी जावां कित्थे मैं। सियाणे कहिंदे ने कि जदों बंदे ते कोई वक्त पिया होवे ना उदों भैण भाई भी साथ छड जांदे ने। सही गल है। ਉਹ ਆਪਦੀ ਭੈਣ ਕੋਲੇ ਭੱਗ ਗਿਆ। ਅੱਛਾ। ਵੀ ਇਹਨੇ ਮਿਲ ਆਵਾਂਗੇ, ਨਾਲੇ ਆਪਾਂ ਆਪਦਾ ਬਾਣ ਬੁੱਧ ਪੂਰੀ ਕਰ ਆਵਾਂਗੇ। ਕਦੋਂ ਘਰੇ ਬੈਠਣ ਤੋਂ ਬੁਰਾ ਖੜਾ ਸੀ। ਉਹ ਕਹਿੰਦਾ ਭਾਗ ਮਾਨੇ ਮੈਂ ਭੈਣ ਕੋਲੇ ਜਾਵਾਂ। ਕਹਿੰਦੀ ਘਰੇ ਰਹਿ ਚੰਗਾ ਰਹੇਗਾ? ਕਹਿੰਦਾ ਨਹੀਂ ਮੈਂ ਅੱਜ ਤਾਂ ਜਾ ਕੇ ਆਊਂ। ਕਹਿੰਦੀ ਚੰਗਾ ਭੱਗ ਜਾ। ਠੀਕ ਹੈ। ਆਪਦੀ ਭੈਣ ਕੋਲੇ ਭੱਗ ਗਿਆ। ਅੱਛਾ। ਉਹ ਜਾਂਦੇ ਜਾਂਦੇ ਨੇ ਮੰਨ ਲੈ ਵਿਚਾਰੇ ਨੇ ਕੇਲੇ ਲੈ ਲਏ, ਜਿਹਾ ਜਿਹਾ ਮੰਨ ਲਾ ਜਵਾਖਾਂ ਦਾ ਖਾਈ ਜਾਤੀ। ਉਹ ਕੇਲੇ ਲੈ ਕੇ ਬੱਸ 'ਚ ਬਹਿ ਗਿਆ। ਅਤੇ ਹੁਣ ਤੈਨੂੰ ਪਤਾ ਬੁੜੀ ਕੋਈ ਜਿਹੜੀ ਬੋਝਲ ਹੁੰਦੀ ਹੈ ਉਹਦਾ ਦਮੂ ਹੀ ਚੜ੍ਹੀ ਜਾਂਦਾ ਵਿਚਾਰੀ ਦਾ। ਉਹ ਜਦੋਂ ਕੇਲੇ ਲੈ ਕੇ ਬੱਸ 'ਚ ਬਹਿ ਗਿਆ, ਉਹਨੇ ਕੇਲੇ ਧਾਰਲੇ ਸੀਟ 'ਤੇ, ਆਪ ਸੀਟ 'ਤੇ ਬੈਠਾ। ਬੁੜੀ ਨੇ ਤਾਂ ਫਿਰ ਕੇਲੇ ਚੱਕਣੀ ਅਤੇ ਦਾਲ ਦੇ ਉੱਤੇ ਬੈਠ ਗਈ। ਹੁਣ ਉਵੇਂ ਜ਼ਿਕਰ ਹੀ ਲੈ ਗਿਆ ਵਿਚਾਰਾ ਫਲਾਫਾ ਘਰੇ। ਗਾ ਭੈਣ ਵੀ ਇਹੀ ਜੀ ਦੇਖੀ ਵੀ ਮੇਰਾ ਭਾਈ ਆਇਆ, ਅਤੇ ਉਹਨੇ ਫੜਿਆ ਫਲਾਫਾ ਅੰਦਰ ਧਰਤਾ। ਜਵਾਕਾਂ ਨੂੰ ਕਹਿੰਦੀ ਭਾਈ ਤੇਰਾ ਮਾਮਾ ਕੇਲੇ ਲੈ ਕੇ ਆ ਖਾ ਲਓ। ਹੁਣ ਪਤਾ ਭੈਣ ਨੂੰ ਵੀ ਨਾ, ਵਿਚਾਰੀ ਨੂੰ ਪਤਾ ਹੋਣੇ ਫਲਾਫਾ ਹੋਣੇ ਵੀ ਨਾ, ਖੁੱਲ੍ਹ ਕੇ ਦੇਖਿਆ। ਕਿਉਂਕਿ ਜਵਾਕਾਂ ਨੇ ਜਦੋਂ ਫਲਾਫਾ ਖੋਲ੍ਹਿਆ ਕੌਲੀਆਂ ਚੱਕੀ ਫਿਰਨ ਜਵਾਕ, ਇਤਨੇ ਭਾਈ ਇੱਕ ਦੋ ਨੇ ਤਾਂ ਆਪਦੇ ਲੱਗ ਗਏ ਖਾਣਾ, ਅਤੇ ਇਤਨੇ ਭਾਈ ਉਹ ਭਣੋਈ ਆ ਗਿਆ ਮਤਲਬ ਕੁੜੀ ਦੇ ਘਰ ਵਾਲਾ। ਉਹ ਕਹਿੰਦਾ ਵੀ ਨਿਆਣੇ ਕੀ ਖਾਂਦੇ ਨੇ ਭਾਗਵਾਨੇ? ਕਹਿੰਦੀ ਜੀ ਮੇਰਾ ਭਾਈ ਕੇਲੇ ਲੈ ਕੇ ਆਇਆ। ਵੀ ਕੇਲੇ ਖਾਂਦੇ ਹੋਣਗੇ, ਉਹ ਬਾਹਰੇ ਬੈਠੇ ਸੀ ਵਿਚਾਰੇ। ਉਹ ਕਹਿੰਦਾ ਉਹਨੇ ਜਾ ਕੇ ਦੇਖਿਆ, ਕਹਿੰਦਾ ਵੀ ਇਹ ਨਿਆਣੇ ਚਮਚਿਆਂ ਨਾਲ ਕੋਈ ਖਾਂਦੇ ਨੇ ਕੇਲੇ, ਛਿੱਲ ਕੇ ਕਿਉਂ ਨਹੀਂ ਖਾਂਦੇ? ਉਹ ਭਾਈ ਹੁਣ ਵਿਚਾਰੀ ਕੀ ਕਹੇ ਜਦੋਂ ਦੇਖਿਆ ਉਹਨਾਂ ਨੇ ਵੀ ਇਹ ਤਾਂ ਹਾਂ ਦੇਗ ਬਣੀ ਪਈ ਆ ਕੇਲੇ ਤਾਂ। ਕਹਿੰਦੀ ਕਿਹਾ ਆਹੋ ਮੇਰਾ ਭਾਈ ਆ। ਕਹਿੰਦੀ ਇਹ ਬਾਹਰੋਂ ਕੇਲੇ ਲਿਆ ਤਰੀ ਵਾਲੇ ਨੇ, ਇਹ ਉਹਨੇ ਆਖਣਿਆ ਉਹਦੇ ਭਾਈ ਦਾ ਪੜਦਾ ਰੱਖਿਆ। ਉਹਨੇ ਭਾਈ ਆਰਾਮ ਰਮੀਆ ਕਰਿਆ ਵਿਚਾਰੇ ਨੇ ਬੈਠੇ, ਇਹ ਤਨੇ ਭਾਈ ਦਾ ਲਾ।
ਗਵਾਂਢਣ ਆ ਗਈ ਅੱਛਾ ਬੈਠਿਆਂ ਕੋਲੇ ਠੀਕ ਆ ਕਹਿੰਦੀ ਕੁੜੇ ਕੌਣ ਆਇਆ ਕਹਿੰਦੀ ਭੈਣੇ ਮੇਰਾ ਭਾਈ ਆਇਆ ਅੱਛਾ ਕਹਿੰਦੀ ਅੱਛਾ ਕਹਿੰਦੀ ਭੈਣੇ ਇੰਨੇ ਚਿਰ ਪਿੱਛੋਂ ਆਇਆ ਕਹਿੰਦੀ ਹਾਂ ਭੈਣੇ ਬਲਾਈ ਚਿਰ ਪਿੱਛੋਂ ਆਇਆ ਉਹ ਵੀ ਸੁਣੀ ਗਿਆ ਵੀ ਗੱਲ ਤਾਂ ਭਗਵਾਨ ਦੀ ਸੱਚੀ ਹੈ ਵੀ ਕਦਰ ਤਾਂ ਉਰੇ ਵੀ ਨਹੀਂ ਆਪਣੀ ਕਹਿੰਦਾ ਉਹ ਐਂ ਕਰ ਉਹਨੂੰ ਕਹਿੰਦਾ ਐਂ ਕਰ ਕਹਿੰਦਾ ਭਾਈ ਕੋਠੇ 'ਤੇ ਪਵੇਂਗਾ ਕਿ ਥੱਲੇ ਪਵੇਂਗਾ ਰਿਸ਼ਤੇਦਾਰ ਕਹਿੰਦਾ ਵੀ ਮੈਂ ਤਾਂ ਕੋਠੇ 'ਤੇ ਪਊ ਕਹਿੰਦਾ ਪੈ ਜਾ ਕਹਿੰਦਾ ਵੀ ਤੂੰ ਕਹਿੰਦਾ ਮੈਂ ਤਾਂ ਵੀ ਥੱਲੇ ਪੈਣਾ ਹੁੰਦਾ ਮੈਨੂੰ ਤੁਰਨ ਦੀ ਆਦਤ ਆ ਰਾਤ ਨੂੰ ਸੁਪਨੇ 'ਚ ਮੈਂ ਤੁਰਦਾ ਕਹਿੰਦਾ ਵੀ ਰਾਤ ਨੂੰ ਮੈਂ ਤਾਂ ਕੋਠੇ 'ਤੇ ਤਾਂ ਨਹੀਂ ਪੈਂਦਾ ਕਹਿੰਦਾ ਵੀ ਚੰਗਾ ਉਹਦੀ ਦਿੱਕਤ ਪਾਣੀ ਦੀ ਵਾਰੀ ਭਾਈ ਵਿਚਾਰੇ ਦੀ ਮੇਰੇ ਵਰਗੇ ਦੀ ਉਹਦਾ ਵੀ ਕੋਠੇ 'ਤੇ ਪਿਆ ਝੱਕ ਹੀ ਗਿਆ ਵੀ ਕਿਤੇ ਤੁਰਨਾ ਪਵੇ ਇਹ ਹੁਣ ਜਦੋਂ ਉਹਦੀ ਪਾਣੀ ਦੀ ਵਾਰੀ ਤਾਂ ਉਹਨੇ ਤਾਂ ਜਾਣੀ ਦੀ ਵਿਚਾਰੇ ਨੇ ਮੇਰੇ ਵਰਗਾ ਤੋਂ ਪਾਣੀ 'ਤੇ ਤੁਰ ਪਿਆ ਭਾਈ ਅੱਛਾ ਉਹਦੇ ਗੱਲ ਯਾਦ ਆ ਗਈ ਵੀ ਉਹਨੂੰ ਤਾਂ ਤੁਰਨ ਦੀ ਆਦਤ ਹੈ ਸੁਪਨੇ 'ਚ ਕਿਉਂਕਿ ਉਹਦਾ ਤੁਰਿਆ ਜਾਂਦਾ ਭਾਈ ਉਹਨੇ ਜਾ ਕੇ ਬਾਹਰ ਫੜ ਲਈ ਠੀਕ ਹੈ ਉਹ ਕਹਿੰਦਾ ਭਰਾਵਾ ਕਿੱਧਰ ਜਾਂਦਾ ਅਜਾ ਪੈ ਜਾ ਮੰਜੇ 'ਤੇ ਉਹ ਕਹਿੰਦਾ ਮੇਰੀ ਪਾਣੀ ਦੀ ਵਾਰੀ ਹੈ ਹੁਣ ਭਾਈ ਉਹਨੂੰ ਜਾਣ ਨਾ ਦੇਵੇ ਉਹ ਵੀ ਇਹ ਤੁਰ ਸੁਪਨੇ 'ਚ ਤੁਰਦਾ ਅਤੇ ਉਹ ਕਹਿੰਦਾ ਨਹੀਂ ਮੇਰੀ ਪਾਣੀ ਦੀ ਵਾਰੀ ਉਹ ਬੰਦੇ ਕੋਈ ਸੁਣ ਕਹਿ ਛੱਡਿਆ ਕਰੇ ਗੱਲ ਮੁੱਕਦੀ ਕਰ ਯਾਰ ਉਹਨੇ ਤਾਂ ਭਾਈ ਪਾਣੀ 'ਤੇ ਨਾ ਜਾਣਤਾ ਉਹ ਦਿਨ ਚੜ੍ਹ ਗਿਆ ਉਹ ਜ਼ਿਮੀਂਦਾਰ ਆਇਆ ਤੜਕੇ ਉਹ ਕਹਿੰਦਾ ਵੀ ਪਾਣੀ 'ਤੇ ਨਹੀਂ ਗਿਆ ਕਹਿੰਦਾ ਉਹ ਝੂਠ ਨੇ ਫਸਾ ਲਿਆ ਯਾਰ ਪੁੱਛਣਾ ਕਹਿੰਦਾ ਕਿਉਂ ਕਹਿੰਦਾ ਮੇਰਾ ਆਦਿ ਰਿਸ਼ਤੇਦਾਰ ਕਹਿੰਦਾ ਮੈਨੂੰ ਕਹਿੰਦਾ ਵੀ ਕੋਠੇ 'ਤੇ ਪਵਾਂਗੇ ਕਹਿੰਦਾ ਮੈਂ ਆਖਿਆ ਨਹੀਂ ਥੱਲੇ ਪਵਾਂਗੇ ਕਹਿੰਦਾ ਕੋਠੇ 'ਤੇ ਪੈ ਗਿਆ ਕਹਿੰਦਾ ਮੈਥੋਂ ਬੋਲਿਆ ਗਿਆ ਝੂਠ ਵੀ ਮੈਨੂੰ ਤੁਰਨ ਦੀ ਆਦਤ ਆ ਰਾਤ ਨੂੰ ਸੁਪਨੇ 'ਚ ਕਹਿੰਦਾ ਯਾਰ ਜਦੋਂ ਮੈਂ ਪਾਣੀ 'ਤੇ ਤੁਰਨ ਲੱਗਿਆ ਕਹਿੰਦਾ ਇਹਨੇ ਮੈਨੂੰ ਮੇਰੀ ਬਾਂਹ ਫੜ ਲਈ ਕਹਿੰਦਾ ਇਹਦਾ ਬਦੰਦਰ ਨੇ ਦਿਨ ਚੜ੍ਹਦੇ ਤੱਕ ਮੇਰੀ ਬਾਂਹ ਨਹੀਂ ਛੱਡੀ ਮੈਂ ਤਾਂ ਕੁਛ ਕਹਿੰਦਾ ਕਰੇ ਪੈ ਜਾ ਤੈਨੂੰ ਤੁਰਨ ਦੀ ਆਦਤ ਹੈ ਕਹਿੰਦਾ ਯਾਰ ਮੈਂ ਝੂਠ ਬੋਲ ਬੈਠਾ ਕਹਿੰਦਾ ਤੂੰ ਕਿਉਂ ਬੋਲਿਆ ਕਹਿੰਦਾ ਮੈਂ ਬੋਲਿਆ ਵੀ ਇੱਕ ਵਾਰ ਬੋਲ ਪੈਂਦਾ ਮੁੜ ਕੇ ਨਹੀਂ ਆਊ ਕਹਿੰਦਾ ਸਾਵਾਸੇ ਬਾਈ ਕਹਿੰਦਾ ਕਿਉਂ ਕਹਿੰਦਾ ਬਸ ਸਾਵਾਸੇ ਅਸੀਂ ਕਹੋ ਨਹੀਂ ਤੀ ਤੈਥੋਂ ਕਹਿੰਦਾ ਗੱਲ ਕੀ ਆ ਕਹਿੰਦਾ ਬਸ ਮੇਰੇ ਘਰ ਵਾਲੀ ਨਹੀਂ ਗੱਲ ਕਹੀ ਦੀ ਗੱਲ ਉਹੀ ਹੈ ਕਹਿੰਦਾ ਕਾਦਰ ਇੱਥੇ ਵੀ ਨਹੀਂ ਮੇਰੀ ਇਹਦੇ ਵਿੱਚ ਏਜੰਟ ਕੀ ਮਿਲਦਾ ਗੱਲ ਦਾ ਵੀ ਬੰਦਾ ਚਾਹੇ ਕਿੱਡੇ ਹੀ ਉਹ ਆ ਬੰਦੇ ਦੀ ਕਾਦਰ ਨਹੀਂ ਬਿਨਾਂ ਕੰਮ ਤੋਂ ਕੰਮ ਕਰੇਗਾ ਤਾਂ ਮੈਂ ਤੈਨੂੰ ਚੰਗਾ ਲੱਗੂ ਜੇ ਮੈਂ ਕੰਮ ਨਹੀਂ ਕਰੂੰ ਤੈਨੂੰ ਜਮਾਂ ਨਹੀਂ ਚੰਗਾ ਲੱਗਦਾ ਕੋਈ ਨਹੀਂ ਤੂੰ ਮੈਨੂੰ ਪੋਲੀਆਂ ਦਿੰਦਾ ਹੁਣ ਗੱਲਾਂ ਆਹ ਚੱਲਦੀਆਂ ਨੇ ਉਹਨੇ ਫਿਰ ਕਿਹਾ ਕਹਿੰਦਾ ਕਿ ਮੁੜ ਕੇ ਆ ਕੇ ਕਹਿੰਦਾ ਭਗਵਾਨ ਨੇ ਗੱਲ ਤਾਂ ਤੇਰੇ ਵਾਲੀ ਹੋ ਗਈ ਕਹਿੰਦਾ ਮੈਂ ਤਾਂ ਭੈਣ ਕੋਲੇ ਗਿਆ ਤੀ ਗਾਹਾਂ ਕਹਿੰਦਾ ਮੈਨੂੰ ਵੀ ਉਹਨਾਂ ਨੇ ਮੂੰਹ ਮੱਥੇ ਲਾਇਆ ਨਹੀਂ ਉਹ ਕਹਿੰਦੀ ਗੱਲ ਸੁਣ ਲਾ ਭਗਵਾਨਾ ਕਹਿੰਦੀ ਘਰ ਬਿਨਾਂ ਅੱਗਿਆ ਨਹੀਂ ਕਿਤੇ ਘਰ ਬਿਨਾਂ ਗਤੀ ਨਹੀਂ ਆਪਦੇ ਘਰੇ ਬੈਠ ਘਰੇ ਤੈਨੂੰ ਅੰਨ ਪਾਣੀ ਮਿਲੂ ਸ਼ਕੀਰੀਆਂ ਵਾਲੇ ਨਹੀਂ ਦਿੰਦੇ ਸ਼ਕੀਰੀਆਂ ਵਾਲੇ ਤਾਂ ਇੱਕ ਦਿਨ ਹੀ ਕਹਿਣਗੇ ਸਾਡਾ ਪ੍ਰਾਹੁਣਾ ਦੂਜੇ ਦਿਨ ਤਾਂ ਦਾਦੇ ਮੰਗਾਉਣੇ ਕੰਮ ਕਰ ਸ਼ਕੀਰੀ 'ਚ ਪਾ ਕੇ ਜਾਂ ਕੰਮ ਕਰਕੇ ਖਾ ਲੈ ਇਹ ਮਤਲਬ ਇਹ ਬਣਦਾ ਵੀ ਬੰਦਾ ਚਾਹੇ ਕੋਈ ਵੀ ਹੈ ਕੰਮ ਨਾ ਕਦਰ ਹੈ ਬਿਨਾਂ ਕੰਮ ਤੋਂ ਕੁਛ ਨਹੀਂ ਸੱਚੀ ਗੱਲ ਹੈ ਕੰਮ ਕਰੇਗਾ ਤਾਂ ਮੈਨੂੰ ਚੰਗਾ ਲੱਗੇਗਾ ਜੀ ਫਲਾਨਾ ਸੂ ਹੈ ਜੇ ਕੰਮ ਨਹੀਂ ਕਰੇਗਾ ਮੈਂ ਤਾਂ ਉਹਦੀ ਡੰਗਰਾਂ ਵੀ ਦੀ ਗਾਲਾਂ ਦੇਣ ਲੱਗ ਜੂੰ ਕੁੱਤਿਆਂ ਵੇਲਿਆਂ ਵੀ ਦੀ ਗਾਲਾਂ ਦੇਣ ਲੱਗ ਜਾਂਦਾ ਅਗਲਾ ਅਗਲਾ ਕਹਿੰਦਾ ਰਿਸ਼ਤੇਦਾਰ ਰੋਜ਼ ਇੱਥੇ ਬੈਠਾ ਰਹਿੰਦਾ ਜਰਾ ਕੰਮ ਤਾਂ ਕਰਦਾ ਨਹੀਂ ਕੋਈ ਇਹ ਵੀਡੀਓ ਦਾ ਅੰਤ ਇਹ ਆ ਵੀ ਕੰਮ ਨਾ ਕਦਰ ਹੈ ਠੀਕ ਹੈ ਜੀ ਹਰੇਕ ਬੰਦੇ ਦੀ ਕਰ ਲਾ ਬੰਦਾ।